हेलो दोस्तों, बहुत बहुत स्वागत है जी थोड़ा थोड़े अपने चैनल स्किजा ट्यूशन दे विच। जिन्हां ने हजे तक अपना टैलीग्राम ग्रुप नू ज्वाइन नहीं किया जी, जरूर ज्वाइन करो अपना टैलीग्राम ग्रुप। इसे वीडियो दे डिस्क्रिप्शन बॉक्स दे विच जिहड़ा टैलीग्राम ग्रुप अपना हैगा तां उहदा जिहड़ा लिंक दित्ता होया ते जरूर ज्वाइन करो जी तुसीं उहनू। उहदे विच डेली नवें क्वेश्चनस भी आउंदे रहिंदे आ ते होर भी जिहड़ी इनफोर्मेशन है उहदे विच वाधू इनफोर्मेशन एक्सट्रा इनफोर्मेशन आउंदी रहिंदी है। उहदे विच PDF फाइल भी जिवें ए भी जिवें पंजाबी दी वीडियो आपां बोलन लगे हां नैक्सट वीडियो, एक कल भी पाई सी पंजाबी दी वीडियो उहदी PDF फाइल भी जिहड़ी टैलीग्राम ग्रुप दे विच चली गई ते ए वाली PDF फाइल भी जिहड़ी टैलीग्राम ग्रुप दे विच वीडियो अपलोड होण तों बाद चली जाऊगी, उहतों तुसीं डाउनलोड भी कर सकदे हो जी। देखो जी, फस्ट क्वेश्चन करदे हां आपां। देखो वैरी इंपॉर्टेंट है मास्टर कार्ड ते ETT दे एग्जाम, तुहानूं पता है पंजाबी ही इहो जिहा सबजैक्ट है जो तुहाडे मार्क्स इनक्रीज़ करेगा ते तुहाडा नाम जिहड़ा मैरिट दे विच आऊगा। देखो फस्ट क्वेश्चन है कि किस संस्था वालों पंजाबी साहित्य का विधामूलक इतिहास तैयार किया गया है, मतलब किहड़ी संस्था वालों पंजाबी साहित्य का जिहड़ा इतिहास है जे आपां गल करिए उहनूं पंजाबी साहित्य के इतिहास नूं तैयार किया गया था। ये की तैयार किया गया जी, दिल्ली दे विच जिहड़ी पंजाबी अकादमी है उहदे वालों जिहड़ा तैयार किया गया, इंपोर्टेंट क्वेश्चन है। नैक्सट जी, गुरमुखी लिपि विच की हुंदा है? ਧੁਨੀ ਲਈ ਵੱਖਰਾ ਚਿੰਨ, ਮਤਲਬ ਜਿੰਨੀਆਂ ਧੁਨੀਆਂ ਹੁੰਦੀਆਂ ਉਹਨਾਂ ਦੇ ਲਈ ਵੱਖਰਾ ਚਿੰਨ ਹੁੰਦਾ, ਇਹ ਇਹਦੀ ਪਹਿਚਾਣ ਹੈ ਆਪਣੇ ਗੁਰਮੁਖੀ ਲਿਪੀ ਦੀ। ਨੈਕਸਟ ਹੈ ਜੀ, ਗੁਰਮੁਖੀ ਲਿਪੀ ਕਿਸ ਪੁਰਾਤਨ ਲਿਪੀ ਤੋਂ ਉਪਜੀ ਹੈ? ਤਾਂ ਇਹ ਹੈ ਜੀ ਬ੍ਰਾਹਮੀ ਤੋਂ ਜਿਹੜੀ ਉਪਜੀ ਹੈ, ਜਿਹੜੀ ਆਪਣੀ ਗੁਰਮੁਖੀ ਲਿਪੀ ਹੈ, ਜਿਹੜੀ ਪੁਰਾਣੀ ਪੁਰਾਤਨ ਲਿਪੀ ਸੀ ਬ੍ਰਾਹਮੀ ਉਹਦੇ ਤੋਂ। ਦੇਖੋ ਨੈਕਸਟ ਕੁਐਸਚਨ ਹੈ ਜੀ, ਜਿਸ ਧਰਤੀ ਵਿੱਚ ਸ਼ੋਰਾ ਹੋਵੇ ਉਹਨੂੰ ਕੀ ਕਹਿੰਦੇ ਆ? ਕਲਰ, ਇਹ ਤਾਂ ਆਪਾਂ ਨੂੰ ਪਤਾ ਹੀ ਹੈ। ਨੈਕਸਟ ਹੈ ਜੀ, ਪੰਜਾਬੀ ਸਾਹਿਤ ਦਾ ਮੁੱਢ ਕਦੋਂ ਵੱਜਾ? ਇਹ ਕੁਐਸਚਨ ਕਿਸੇ ਇਗਜ਼ਾਮ ਦੇ ਵਿੱਚ ਆਇਆ ਹੋਇਆ, ਇੰਪੋਰਟੈਂਟ ਕੁਐਸਚਨ ਹੈ। 8ਵੀਂ ਸਦੀ ਤੋਂ ਜਿਹੜਾ ਪੰਜਾਬੀ ਸਾਹਿਤ ਦਾ ਮੁੱਢ ਵੱਜਾ ਸੀ, ਇਹ ਇੰਪੋਰਟੈਂਟ ਹੈ ਜੀ। ਨੈਕਸਟ ਹੈ, ਜੋ ਅੱਖਰ ਪੈਰ ਵਿੱਚ ਲਿਖੇ ਜਾਣ ਉਹਨਾਂ ਨੂੰ ਕੀ ਕਹਿੰਦੇ ਆ? ਦੁੱਤਕਰ। ਮੈਂ ਤੁਹਾਨੂੰ ਕਿਹਾ ਆਪਾਂ ਵੀਡੀਓ ਦੇ ਵਿੱਚ ਬੇਸਿਕ ਤੋਂ ਲੈ ਕੇ ਹਾਈ ਤੱਕ ਕੁਐਸਚਨ ਕਰਾਂਗੇ ਜੀ। ਜੋ ਅੱਖਰ ਪੈਰ ਵਿੱਚ ਲਿਖੇ ਜਾਣ ਉਹਨਾਂ ਨੂੰ ਦੁੱਤਕਰ ਕਿਹਾ ਜਾਂਦਾ। ਨੈਕਸਟ ਦੇਖੋ ਜੀ, ਨੈਕਸਟ ਕੁਐਸਚਨ, ਇਹ ਤੁਸੀਂ ਮੈਨੂੰ ਕਮੈਂਟ ਬੋਕਸ ਦੇ ਵਿੱਚ ਇਹਦਾ ਆਨਸਰ ਦੇਣਾ ਕਿ ਪੈਰੀ ਬਿੰਦੀ ਵਾਲੇ ਅੱਖਰ ਮਿਲਾ ਕੇ ਗੁਰਮੁਖੀ ਵਰਨਮਾਲਾ ਵਿੱਚ ਕੁੱਲ ਕਿੰਨੇ ਅੱਖਰ ਹੋ ਜਾਂਦੇ ਆ? ਤਾਂ ਮੈਨੂੰ ਦੱਸੋ ਜੀ ਕਿੰਨੇ ਹੋ ਜਾਂਦੇ ਆ? 20, 25, 30, 35, 40, 41, 45 ਕਿੰਨੇ ਹੋ ਜਾਂਦੇ ਆ ਜਦੋਂ ਪੈਰੀ ਬਿੰਦੀ ਵਾਲੇ ਅੱਖਰ ਜਦੋਂ ਆਪਾਂ ਗੁਰਮੁਖੀ ਵਿੱਚ ਮਿਲਾ ਦਿੰਦੇ ਹਾਂ ਟੋਟਲ ਅੱਖਰ? ਤਾਂ ਜ਼ਰੂਰ ਜੀ ਕਮੈਂਟ ਕਰਿਓ। ਨੈਕਸਟ, ਵਰਨਮਾਲਾ ਦੇ ਆਧਾਰ 'ਤੇ ਕਿਹੜਾ ਕਾਵਿ ਰੂਪ ਰਚਿਆ ਜਾਂਦਾ ਹੈ? ਵਰਨਮਾਲਾ ਦੇ ਆਧਾਰ 'ਤੇ ਪੁੱਛਿਆ ਸਪੈਸ਼ਲ, ਤਾਂ ਹੈਗਾ ਜੀ 35 ਅੱਖਰੀ ਨੂੰ ਰਚਿਆ ਜਾਂਦਾ ਹੈ, ਜਾਂ ਸ਼ੀਰਫੀ ਨੂੰ ਰਚਿਆ ਜਾਂਦਾ ਹੈ, ਜਾਂ 52 ਅੱਖਰੀ ਨੂੰ? ਤਾਂ ਇੰਪੋਰਟੈਂਟ ਹੈ। ਨੈਕਸਟ ਦੇਖੋ ਜੀ, ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ? ਵੈਰੀ ਬੇਸਿਕ ਕੁਐਸਚਨ, ਗੁਰਮੁਖੀ ਲਿਪੀ ਹੈ। ਨੈਕਸਟ ਦੇਖੋ ਜੀ, ਸੰਬੰਧਕ ਕਿੰਨੇ ਪ੍ਰਕਾਰ ਦੇ ਹੁੰਦੇ ਆ? 3 ਤਰ੍ਹਾਂ ਦੇ। ਆ ਜਿੰਨੇ ਵੀ ਸੰਬੰਧਕ ਤੋਂ ਲੈ ਕੇ ਕਿਰਿਆ ਵਿਸ਼ੇਸ਼ਣ ਹੈ ਕਿੰਨੇ ਪ੍ਰਕਾਰ ਦੇ ਆ, ਤੁਹਾਨੂੰ ਟਿਪਸ ਦੇ ਉੱਤੇ ਯਾਦ ਹੋਣੇ ਚਾਹੀਦੇ ਕਿ ਸੰਬੰਧਕ ਕਿੰਨੇ ਪ੍ਰਕਾਰ ਦੇ ਆ? 3 ਤਰ੍ਹਾਂ ਦੇ। ਨਾਂਵ 5 ਤਰ੍ਹਾਂ ਦੇ, ਕਾਰਕ 8 ਤਰ੍ਹਾਂ ਦੇ, ਵਿਸ਼ੇਸ਼ਣ 5 ਤਰ੍ਹਾਂ ਦੇ, ਪੜਨਾਵ 6 ਤਰ੍ਹਾਂ ਦੇ, ਕਿਰਿਆ ਵਿਸ਼ੇਸ਼ਣ 8 ਤਰ੍ਹਾਂ ਦੇ, ਅਤੇ ਲਗਾਖਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ? 3। ਤਾਂ ਫਿਰ ਮੈਂ ਰਿਪੀਟ ਕਰਦਾ ਜੀ, ਸੰਬੰਧਕ 3 ਤਰ੍ਹਾਂ ਦੇ, ਨਾਂਵ 5 ਤਰ੍ਹਾਂ ਦੇ, ਕਾਰਕ 8 ਤਰ੍ਹਾਂ ਦੇ, ਵਿਸ਼ੇਸ਼ਣ 5 ਤਰ੍ਹਾਂ ਦੇ, ਪੜਨਾਵ 6 ਤਰ੍ਹਾਂ ਦੇ, ਕਿਰਿਆ ਵਿਸ਼ੇਸ਼ਣ 8 ਤਰ੍ਹਾਂ ਦੇ, ਅਤੇ ਲਗਾਖਰ 3। ਹਰ ਵਾਰ ਇਹ ਪੁੱਛਿਆ ਜਾਂਦਾ ਟੈਟ ਦੇ ਵਿੱਚ ਵੀ ਅਤੇ ਮਾਸਟਰ ਕਾਡਰ 'ਚ ਇਹਨਾਂ ਨੂੰ ਲੈ ਕੇ ਕੁਐਸਚਨ, ਕਿਉਂਕਿ ਪਜ਼ਲ ਹੋ ਜਾਂਦੇ ਆ ਸਟੂਡੈਂਟ। ਪੰਜਾਬੀ ਭਾਸ਼ਾ 'ਚ ਸੰਬੰਧਕ 3, ਨਾਂਵ 5, ਕਾਰਕ 8, ਵਿਸ਼ੇਸ਼ਣ 5, ਪੜਨਾਵ 6, ਕਿਰਿਆ ਵਿਸ਼ੇਸ਼ਣ 8, ਅਤੇ ਲਗਾਖਰ 3। ਲਾਸਟ ਵਾਰ ਇੱਕ ਵਾਰ ਫਿਰ ਜੀ, ਸੰਬੰਧਕ 3, ਨਾਂਵ 5, ਕਾਰਕ 8, ਵਿਸ਼ੇਸ਼ਣ 5, ਪੜਨਾਵ 6, ਕਿਰਿਆ ਵਿਸ਼ੇਸ਼ਣ 8, ਲਗਾਖਰਾਂ ਦੀ ਗਿਣਤੀ 3। ਬਣੇ ਰਹੋ ਜੀ, ਇਹਦੀ ਵੀਡੀਓ ਦੀ ਜਿਹੜੀ PDF ਫਾਈਲ ਹੈ ਉਹ ਟੈਲੀਗ੍ਰਾਮ ਦੇ ਵਿੱਚ ਆ ਜਾਊਗੀ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।